ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Exams Hub ਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਨਵੇਂ ਅਪਡੇਟ ਦੇ ਬਾਰੇ ਤੇ ਇਹ ਅਪਡੇਟ ਆਈ ਹੈ ਜੀ ਸਕੂਲ ਲਾਇਬ੍ਰੇਰੀਅਨ ਦੇ ਵੱਲੋਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ 52 ਜੋ ਪੋਸਟਾਂ ਸੀ ਸਕੂਲ ਲਾਇਬ੍ਰੇਰੀਅਨ ਦੀਆਂ ਸੀ ਅਤੇ ਦੋ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈ ਸੀ ਤੇ ਇਹਨਾਂ ਦਾ ਜੋ ਇਸ਼ਤਿਹਾਰ ਨੰਬਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ 13/2022 ਤੇ ਇਸ ਦਾ ਅੱਜ ਇੱਥੇ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ ਰਿਜ਼ਲਟ ਕਮ ਮੈਰਿਟ ਲਿਸਟ ਇੱਥੇ ਆ ਗਈ ਹੈ ਤੇ ਦੋਸਤੋ ਇੱਥੇ ਚੈੱਕ ਕਰ ਸਕਦੇ ਹੋ ਕਿ ਇਸ ਜਿਹੜੇ ਸਕੂਲ ਲਾਇਬ੍ਰੇਰੀਅਨ ਵਾਲੇ ਜੋ ਕੈਂਡੀਡੇਟ ਸੀ ਤੇ ਉਹ ਕਿਹੜੇ ਕੈਂਡੀਡੇਟ ਇੱਥੇ ਐਲੀਜੀਬਲ ਹਨ ਜਾਂ ਨਹੀਂ ਐਲੀਜੀਬਲ ਹਨ ਤੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਸੀਰੀਅਲ ਨੰਬਰ ਚੈੱਕ ਕਰ ਸਕਦੇ ਹੋ ਤੇ ਫਿਰ ਰੋਲ ਨੰਬਰ ਐਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਮਾਰਕਸ ਕਿੰਨੇ ਸੀ ਇਹਨਾਂ ਦੇ ਕੈਟਾਗਰੀ ਕਿਹੜੀ ਦੇ ਵਿੱਚ ਇਹਨਾਂ ਨੇ ਅਪਲਾਈ ਕੀਤਾ ਸੀ एलिजिਬਲ ਹਨ ਇਹ ਜੋ ਫਰਦਰ ਬਾਕੀ ਜੋ ਇਹਨਾਂ ਦਾ ਅੱਗੇ ਪ੍ਰੋਸੈਸ ਹੋਵੇਗਾ ਉਸ ਦੇ ਲਈ ਜੇ ਨਹੀਂ एलिजिਬਲ ਹਨ ਇਹ ਸਭ ਕੁਝ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਤੁਸੀਂ ਜੋ ਕੈਂਡੀਡੇਟ ਹੈ ਇੱਥੇ ਚੈੱਕ ਕਰ ਸਕਦੇ ਹੋ ਇਹ ਕੈਂਡੀਡੇਟ ਜੋ एलिजिਬਲ ਹਨ ਤੇ ਇਸ ਦੇ ਵਿੱਚ ਉਹ ਵੀ ਕੈਂਡੀਡੇਟ ਹੋਣਗੇ ਜਿਹੜੇ एलिजिਬਲ ਨਹੀਂ ਹੋਣਗੇ ਜਾਂ ਜਿਹੜੇ ਹੈਲਡ ਇਨ ਐਬਸੈਂਸ ਦੇ ਵਿੱਚ ਪਏ ਹੋਣਗੇ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਉੱਥੇ ਤੁਸੀਂ ਇਸ ਪੀਡੀਐਫ ਨੂੰ ਡਾਊਨਲੋਡ ਕਰਕੇ ਇਸ ਨੂੰ ਚੈੱਕ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਇੱਥੇ ਦੇਖ ਸਕਦੇ ਹੋ ਕਿ ਕਿਹੜੇ ਕੈਂਡੀਡੇਟ ਇਸ ਦੇ ਲਈ ਐਲੀਜੀਬਲ ਹਨ ਤੇ ਇੱਥੇ ਥੱਲੇ ਤੁਸੀਂ ਸਕਰੋਲ ਕਰੋਗੇ ਕਿ ਬਹੁਤ ਸਾਰੇ ਕੈਂਡੀਡੇਟ ਇੱਥੇ ਐਲੀਜੀਬਲ ਹਨ ਕਈ ਕੈਂਡੀਡੇਟ ਹੈਲਡ ਇਨ ਐਬਸੈਂਸ ਦੇ ਵਿੱਚ ਰੱਖੇ ਗਏ ਹਨ ਤੇ ਕਈ ਕੈਂਡੀਡੇਟ ਇਸ ਦੇ ਵਿੱਚ ਨਾਟ ਐਲੀਜੀਬਲ ਵੀ ਹੋਣਗੇ ਤੇ ਇੱਥੇ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਤੇ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਨੇ ਇਸ ਦਾ ਐਗਜ਼ਾਮ ਦਿੱਤਾ ਸੀ ਉਹ ਇੱਥੇ ਆਪਣੇ ਰਿਜ਼ਲਟ ਨੂੰ ਚੈੱਕ ਕਰ ਸਕਦੇ ਨੇ ਤੇ ਦੋਸਤੋ ਟੋਟਲ ਕਿੰਨੇ ਕੈਂਡੀਡੇਟ ਨੇ ਇਸ ਦੇ ਲਈ ਜੋ ਸਿਲੈਕਟ ਕੀਤੇ ਗਏ ਹਨ ਤੇ ਟੋਟਲ ਜੋ ਸਕੂਲ ਲਾਇਬ੍ਰੇਰੀਨ ਪੋਸਟ ਹੈ ਉਸ ਦੇ ਲਈ 119 ਜੋ ਕੈਂਡੀਡੇਟ ਨੇ ਉਹ ਇੱਥੇ ਦੇਖ ਸਕਦੇ ਹੋ ਕਿ ਉਹਨਾਂ ਦਾ ਰਿਜ਼ਲਟ ਆਇਆ ਹੈ ਤੇ ਲਾਇਬ੍ਰੇਰੀਨ ਪੋਸਟ ਵਾਸਤੇ ਸਿਰਫ ਜੋ ਤਿੰਨ ਕੈਂਡੀਡੇਟ ਸੀ ਉਹ ਇੱਥੇ ਐਲੀਜੀਬਲ ਹਨ ਤੇ ਉਸ ਤੋਂ ਬਾਅਦ ਇੱਥੇ ਦੇਖ ਸਕਦੇ ਹੋ ਕਿ ਥੱਲੇ ਇਹਨਾਂ ਨੇ ਚਾਰ-ਪੰਜ ਜੋ ਨੋਟਿਸ ਵੀ ਦਿੱਤੇ ਹਨ ਕੈਟਾਗਰੀ ਵਾਈਜ਼ ਅਸਾਮੀਆਂ ਦੀ ਉਪਲਬਧਤਾ ਅਨੁਸਾਰ ਯੋਗ ਪਾਏ ਉਮੀਦਵਾਰਾਂ ਦੀ ਸਿਫਾਰਸ਼ਾਂ ਵਿਭਾਗ ਨੂੰ ਭੇਜੀਆਂ ਜਾ ਰਹੀਆਂ ਹਨ ਜਿਹੜੇ ਉਮੀਦਵਾਰਾਂ ਵੱਲੋਂ ਅਪਲਾਈ ਕਰਨ ਦੀ ਅੰਤਿਮ ਮਿਤੀ ਉਪਰੰਤ ਡਿਗਰੀ ਕੋਰਸ ਪੂਰਾ ਕੀਤਾ ਹੈ ਅਯੋਗ ਘਾੜ ਦਿੱਤਾ ਗਿਆ ਹੈ ਜਾਨਕਿ ਇਸ ਦੇ ਲਈ ਜੋ ਡਿਗਰੀ ਜੋ ਐਲੀਜੀਬਿਲਟੀ ਮੰਗੀ ਗਈ ਸੀ ਉਹ ਇਹਨਾਂ ਦੇ ਜਦੋਂ ਫਾਰਮ ਨਿਕਲੇ ਸੀ ਉਸ ਤੋਂ ਬਾਅਦ ਦੇ ਜੋ ਡਿਗਰੀਆਂ ਜੇਕਰ ਤੁਹਾਡੇ ਕੋਲ ਹਨ ਉਹ ਕੈਂਡੀਡੇਟ ਇਸ ਦੇ ਵਿੱਚ ਅਯੋਗ ਹਨ ਤੇ ਜਿਨ੍ਹਾਂ ਉਮੀਦਵਾਰਾਂ ਨੇ ਬੀ ਲਿਬ ਜਾਂ ਐਮ ਲਿਬ ਦੀ ਪੜ੍ਹਾਈ ਆਵਰਾਸ ਤੋਂ ਬਾਹਰ ਸਥਿਤ ਯੂਨੀਵਰਸਿਟੀਆਂ ਤੋਂ ਜਾਨਕੀ ਕਿ ਲਾਇਬ੍ਰੇਰੀ ਦੀ ਜੋ ਪੜਾਈ ਹੈ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ ਉਹਨਾਂ ਯੂਨੀਵਰਸਿਟੀਆਂ ਸੰਸਥਾਵਾਂ ਦੇ ਅਧਿਕਾਰ ਖੇਤਰ ਸਬੰਧੀ ਸਪਸ਼ਟ ਨਹੀਂ ਹਨ ਉਹਨਾਂ ਦਾ ਨਤੀਜਾ ਹਾਲத் ਦੀ ਘੜੀ ਰੋਕ ਵਿੱਚ ਜਾਨਕੀ ਹੈਲਡ ਇਨ ਐਬਸੈਂਸ ਦੇ ਵਿੱਚ ਰੱਖਿਆ ਗਿਆ ਹੈ ਤੇ ਚੌਥੇ ਨੰਬਰ ਪੈਰੇ ਦੇ ਤੁਸੀਂ ਦੇਖ ਸਕਦੇ ਹੋ ਸਪੋਰਟਸ ਕੈਟਾਗਰੀ ਦੇ ਉਮੀਦਵਾਰਾਂ ਦੀ ਮੈਰਿਟ ਫਿਕਸ ਕਰਨ ਲਈ ਇਸ ਸਬੰਧ ਦੇ ਉਮੀਦਵਾਰਾਂ ਦਾ ਰਿਕਾਰਡ ਡਾਇਰੈਕਟਰ ਸਪੋਰਟਸ ਵਿਭਾਗ ਪੰਜਾਬ ਨੂੰ ਭੇਜਿਆ ਜਾ ਰਿਹਾ ਹੈ ਸਪੋਰਟਸ ਵਿਭਾਗ ਵੱਲੋਂ ਮੈਰਿਟ ਫਿਕਸ ਕਰਨ ਤੱਕ ਸਪੋਰਟਸ ਕੈਟਾਗਰੀ ਦੇ ਇਦਵਾਰ ਨੂੰ ਹਲਡੇ ਇਨ ਐਬਸੈਂਸ ਦੇ ਵਿੱਚ ਰੱਖਿਆ ਗਿਆ ਹੈ ਜਨਕਿ ਇਹਨਾਂ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਹਾਲੇ ਤੱਕ ਇਹਨਾਂ ਨੂੰ ਹਲਡੇ ਨੈਵਸੈਂਸ ਦੇ ਵਿੱਚ ਰੱਖਿਆ ਗਿਆ ਹੈ ਜਿਹੜੇ ਸਪੋਰਟਸ ਕੈਂਡੀਡੇਟ ਨੇ ਉਹ ਦਿਨ ਨੇ ਫਾਰਮ ਭਰੇ ਸੀ ਪੰਜਵੇਂ ਨੰਬਰ ਤੇ ਦੇਖ ਸਕਦੇ ਹੋ ਉਪਰੋਕਤ ਨਤੀਜਾ ਤਿਆਰ ਕਰਦੇ ਸਮੇਂ ਬੋਰਡ ਵੱਲੋਂ ਪੂਰੀ ਸਾਵਧਾਨੀ ਵਰਤੀ ਗਈ ਹੈ ਫਿਰ ਵੀ ਸਹਿਬਾਨ ਹੋਈ ਇਹ ਗਲਤੀ ਸੁਧਾਰਨ ਦਾ ਹੱਕ ਬੋਰਡ ਵੱਲੋਂ ਰੱਖਵਾ ਹੋਵੇਗਾ ਇੱਥੇ ਦੇਖ ਸਕਦੇ ਹੋ ਤੇ ਅੱਜ ਦਾ ਹੀ ਨੋਟੀਫਿਕੇਸ਼ਨ ਹੈ ਤੇ ਦੋਸਤੋ ਸਕੂਲ ਲਾਇਬ੍ਰੇਰੀ ਦਾ ਰਿਜ਼ਲਟ ਜਾਰੀ ਹੋ ਚੁੱਕਿਆ ਹੈ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਵਿੱਚ ਜੈਨ ਜੈਵਾਰ